ਸਤਿ ਸ਼੍ਰੀ ਅਕਾਲ ਪੰਜਾਬੀ ਵੀਰੋ, ਮੈਂ ਨਵਜੋਤ ਕੌਰ ਲੰਬੀ। ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਪੰਜਾਬੀ ਵੀਰਾਂ ਨੂੰ ਮੇਰੇ ਵੱਲੋਂ ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ। ਵੀਰੋ, ਸਾਡਾ ਇੱਕ ਵੀਰ ਬਹੁਤ ਖੂਬਸੂਰਤ ਲਾਈਨ ਵਾਲੇ ਦੋਸਤਾਂ ਨਾਲ ਮਨਦੀਪ ਸਿੰਘ ਹੈ। ਜਦੋਂ ਕਦੇ ਵੀ ਇਨਕਲਾਬ ਦੀ ਗੱਲ ਚੱਲੀਏ, ਚਾਹੇ ਉਹ ਭਗਤ ਸਿੰਘ ਹੋਰਾਂ ਦਾ ਸਮਾਂ ਹੋਵੇ, ਕਰਤਾਰ ਸਿੰਘ ਸਰਾਭੇ ਹੋਰਾਂ ਦਾ ਸਮਾਂ ਹੋਵੇ, ਕਲਮ ਦਾ ਬਹੁਤ ਵੱਡਾ ਯੋਗਦਾਨ ਰਿਹਾ। ਸੋ ਸਾਡੇ ਉਸ ਵੀਰ ਵੱਲੋਂ ਲਿਖੀਆਂ ਲਾਈਨਾਂ ਤੁਹਾਡੇ ਸਾਰਿਆਂ ਦੇ ਨਾਮ ਸਾਂਝੀਆਂ ਕਰਨ ਜਾ ਰਹੀ ਹਾਂ। ਵੀਰੋ, ਵੱਧ ਤੋਂ ਵੱਧ ਸ਼ੇਅਰ ਕਰਿਓ। ਜਿੱਥੇ ਕਿਤੇ ਵੀ ਪੰਜਾਬ ਦੀ ਗੱਲ ਚੱਲੀਏ, ਭਗਵੰਤ ਮਾਨ ਵੱਲੋਂ ਇਨਕਲਾਬ ਦੀ ਗੱਲ ਚੱਲੀਏ, ਸਾਡੇ ਵੱਲ ਟਿਕੀਆਂ ਨੇ ਨਜ਼ਰਾਂ ਸਾਰੀ ਦੁਨੀਆ ਦੀਆਂ। ਕਿਉਂ ਹਾਕਮਾਂ ਵੱਲੋਂ ਇੱਥੇ ਪੈਸੇ ਤੇ ਸ਼ਰਾਬ ਦੀ ਗੱਲ ਚੱਲੀਏ, ਕਿਉਂ ਵੇਚ ਰਹੇ ਆ ਭਵਿੱਖ ਅਸੀਂ ਆਪਣੇ ਬੱਚਿਆਂ ਦਾ, ਜਦੋਂ ਉਹਨਾਂ ਦੀਆਂ ਅੱਖਾਂ ਵਿੱਚ ਨਵੇਂ ਖਾਬ ਦੀ ਗੱਲ ਚੱਲੀਏ। ਸੋਚ ਸੁਖਪਾਲ ਖਹਿਰੇ ਦੀ ਜੋ ਖਰੀਦਿਆ ਉਹ ਵੇਚਣਾ ਵੀ ਅੱਗੇ ਪਿਛਲੇ 17 ਸਾਲਾਂ ਤੋਂ ਇਸੇ ਹਿਸਾਬ ਦੀ ਗੱਲ ਚੱਲੀਏ। ਜਿੱਥੇ ਸੇਵ ਨਹੀਂ ਕਿਸਾਨੀ ਜਵਾਨੀ ਤੇ ਗ੍ਰੰਥ ਸਾਡੇ, ਕੇਜਰੀਵਾਲ ਲਈ ਨਵੇਂ ਇਨਸਾਫ ਦੀ ਗੱਲ ਚੱਲੀਏ। ਅੰਗਰੇਜ਼ਾਂ ਨਾਲ ਲੜ ਕੇ ਦਵਾਏ ਸੀ ਸਾਨੂੰ ਹੱਕ ਸਾਡੀਆਂ ਵੋਟਾਂ ਦੇ, ਤਾਂ ਹੀ ਤਾਂ ਘਰ ਘਰ ਵਿੱਚ ਭਗਤ ਸਿੰਘ ਜਨਾਬ ਦੀ ਗੱਲ ਚੱਲੀਏ। ਜਦੋਂ ਭ੍ਰਿਸ਼ਟਾਚਾਰੀ ਤਾਨੇਸ਼ਾਹੀ ਤੇ ਬੇਰੁਜ਼ਗਾਰੀ ਵਿਰੁੱਧ ਲੜਨਗੇ ਲੋਕ, 4 ਫਰਵਰੀ 2017 ਤੇ 24 ਮਾਰਚ ਦੀ ਗੱਲ ਚੱਲੀਏ। ਪੰਜਾਬ ਪੰਜਾਬੀ ਹਰ ਇਨਕਲਾਬ ਲਈ ਆਏ ਅੱਗੇ, ਮਨਦੀਪ ਸਿੰਘ ਤਾਂ ਹੀ ਤਾਂ ਕੰਡਿਆਂ ਵਿਚਲੇ ਗੁਲਾਬ ਦੀ ਗੱਲ ਚੱਲੀਏ। ਅੱਜ ਘਰ ਘਰ ਵਿੱਚ ਆਮ ਆਦਮੀ ਪਾਰਟੀ ਦੇ ਇਨਕਲਾਬ ਦੀ ਗੱਲ ਚੱਲੀਏ, ਆਮ ਆਦਮੀ ਪਾਰਟੀ ਦੇ ਇਨਕਲਾਬ ਦੀ ਗੱਲ ਚੱਲੀਏ। ਸੋ ਵੀਰੋ, ਸਾਡਾ ਵੀਰ ਹੋਰ ਬਹੁਤ ਖੂਬਸੂਰਤ ਲਾਈਨਾਂ ਲਿਖਦਾ, ਸੋ ਇਸ ਵੱਲੋਂ ਲਿਖੀਆਂ ਗਈਆਂ ਹੋਰ ਚੰਦ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਆ। ਨਵੇਂ ਸਿਰਜਦੇ ਪੰਜਾਬ ਲਈ ਭਗਵੰਤ ਮਾਨ ਵਾਂਗ ਕੁਝ ਕਰਕੇ ਤਾਂ ਵੇਖ, ਇੱਕ ਵਾਰ ਹੱਥ ਵਿੱਚ ਝਾੜੂ ਫੜ ਕੇ ਤਾਂ ਵੇਖ, ਬਣ ਜਾਊਗਾ ਪੰਜਾਬ ਮੁੜ ਸੋਨੇ ਦੀ ਚਿੜੀ, ਕੇਜਰੀਵਾਲ ਦੀ ਸੋਚ ਨਾਲ ਖੜ ਕੇ ਤਾਂ ਵੇਖ, ਕਿਉਂ ਕਰਦੀ ਏ ਸਲਾਮ ਦੁਨੀਆ ਸੂਰਜ ਨੂੰ, ਕਾਲੇ ਬਾਦਲਾਂ ਨੂੰ ਪਾਸੇ ਕਰ ਸੂਰਜ ਵਾਂਗ ਚੜ ਕੇ ਤਾਂ ਵੇਖ, ਬਚ ਜਾਊਗੀ ਜਵਾਨੀ ਕਿਸਾਨੀ ਤੇ ਗ੍ਰੰਥ ਤੇਰੇ, ਭਗਤ ਸਿੰਘ ਵਾਂਗ ਸਿਸਟਮ ਦੇ ਨਾਲ ਲੜ ਕੇ ਤਾਂ ਵੇਖ, ਨਹੀਂ ਮਿਲਨੇ ਰੁਜ਼ਗਾਰ ਤੈਨੂੰ ਟੈਂਕੀਆਂ ਤੇ ਚੜ ਚੜ ਕੇ, ਬਣ ਮੈਂਬਰ ਆਪ ਦਾ ਤੇ ਕਾਗਜ਼ ਭਰ ਕੇ ਤਾਂ ਵੇਖ, ਉੱਠਿਆ ਏ ਫਿਰ ਇਨਕਲਾਬ ਪੰਜਾਬ ਦੀ ਧਰਤੀ ਤੋਂ, HS ਫੂਲਕਾ ਵਾਂਗ ਪੰਜਾਬੀਆਂ ਲਈ ਅੜਕੇ ਤਾਂ ਵੇਖ, ਵੇਖ ਰਹੀ ਆ ਮਨਦੀਪ ਨਵੀਂ ਪੀੜ੍ਹੀ ਤੇਰੇ ਜਜ਼ਬਾਤਾਂ ਨੂੰ, ਮੱਚਦੀ ਸ਼ਮਾ ਤੇ ਪਰਵਾਨੇ ਵਾਂਗ ਸੜਕੇ ਤਾਂ ਵੇਖ, ਮੱਚਦੀ ਸ਼ਮਾ ਤੇ ਪਰਵਾਨੇ ਵਾਂਗ ਸੜਕੇ ਤਾਂ ਵੇਖ। ਸੋ ਵੀਰੋ, ਸਾਡੇ ਕੋਲੇ ਕੇਵਲ 15-20 ਦਿਨ ਰਹਿ ਗਿਆ ਪੰਜਾਬੀਆਂ ਨੂੰ ਜਗਾਉਣ ਲਈ, ਨਵਾਂ ਇਨਕਲਾਬ ਲਿਆਉਣ ਲਈ। ਸਾਡੇ ਕੋਲੇ ਸਭ ਤੋਂ ਵੱਡਾ ਹਥਿਆਰ ਸਿਰਫ ਔਰ ਸਿਰਫ ਸੋਸ਼ਲ ਮੀਡੀਆ ਦਾ ਹਥਿਆਰ ਹੈ, ਕਿਉਂਕਿ ਸਾਨੂੰ ਪਤਾ ਹੈ ਕਿ PTC ਨਿਊਜ਼ ਤੇ ਜੀ ਪੰਜਾਬੀ ਵਾਲੇ ਤਾਂ ਸਾਡੀਆਂ ਤਰੀਫਾਂ ਕਰਨਗੇ ਨਹੀਂ। ਸੋ ਵੀਰੋ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਅਸੀਂ ਪੰਜਾਬੀਆਂ ਨੂੰ ਜਗਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।